ਦੁਖਦਾਈ ਖਬਰ ਹੁਣੇ ਹੁਣੇ ਸਾਹਮਣੇ ਆਈ ਹੈ ਕਿ ਸ਼ੰਭੂ ਜਾਂਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸ਼ੰਭੂ ਵੱਲ ਨੂੰ ਜਾ ਰਿਹਾ ਸੀਗਾ ਟਰੈਕਟਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਟਰੈਕਟਰ ਦੇ ਉੱਪਰ ਸ਼ੰਭੂ ਵੱਲ ਨੂੰ ਜਾਂਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਰੱਬ ਨੂੰ ਪਿਆਰਾ ਹੋ ਗਿਆ। ਕਈ ਲੋਕ ਫੱਟੜ ਵੀ ਦੱਸੇ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਵੱਡਾ ਭਾਣਾ ਵਾਪਰਿਆ ਹੈ। ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਜਿਸ ਦੇ ਵਿਚਾਲੇ ਇੱਕ ਹੋਰ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਹੋਰ ਕਿਸਾਨ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਮਨਸੂਰ ਦੇਵਾਂ ਜ਼ੀਰਾ ਜੋ ਹੈ ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਦੇ ਲਈ ਕਿਸਾਨਾਂ ਦਾ ਜੋ ਹੈ ਇਹ ਟਰੈਕਟਰ ਟਰਾਲੀ ਉੱਧਰ ਨੂੰ ਜਾ ਰਿਹਾ ਸੀਗਾ, ਟਰੱਕ ਦੇ ਨਾਲ ਟੱਕਰ ਹੋਣ ਕਰਕੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਕਈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਪਿੰਡ ਬਸੰਤਪੁਰਾ ਸਰਹਿੰਦ ਤੋਂ ਰਾਜਪੁਰਾ ਰੋਡ ਵੱਲ ਦੀ ਇਹ ਖਬਰ ਹੈ। ਚੰਦੂ ਮਾਜਰੇ ਦੇ ਕੋਲ ਇਹ ਭਾਣਾ ਵਾਪਰਿਆ, ਜਿੱਥੇ ਕਿ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਂਦੀ ਹੈ। ਸ਼ੰਭੂ ਜਾਂਦੇ ਹੋਏ MSP ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਬਿਲਕੁਲ ਜਾਰੀ ਹੈ, ਜਿਸਦੇ ਵਿਚਾਲੇ ਕਿਸਾਨਾਂ ਦੇ ਵੱਲੋਂ ਇਹ ਸੰਘਰਸ਼ ਜਾਰੀ ਹੈ ਅਤੇ ਇਸੇ ਵਿਚਾਲੇ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਂਦੀ ਹੈ। ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ, ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਰਿਹਾ ਤਾਂ ਸੰਯੁਕਤ ਕਿਸਾਨ ਮੋਰਚਾ ਜੋ ਹੈ ਦਿੱਲੀ ਕੂਚ ਦਾ ਫੈਸਲਾ ਕੀਤਾ ਗਿਆ ਕਿ 29 ਫਰਵਰੀ ਤੱਕ ਇਸ ਨੂੰ ਟਾਲ ਦਿੱਤਾ ਗਿਆ। ਕਿਸਾਨ ਮਜ਼ਦੂਰ ਮੋਰਚਾ ਦੇ ਜੋ ਹੈ ਕੋਆਰਡੀਨੇਟਰ ਨੇ ਵੀ ਸ਼ਾਮ ਨੂੰ ਕਨੌਰੀ ਬਾਰਡਰ ਦੇ ਉੱਤੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਅਤੇ ਇਸੇ ਵਿਚਾਲੇ ਬੇਹੱਦ ਮੰਦਭਾਗੀ ਖਬਰ। ਵਾਹਿਗੁਰੂ ਉਹਨਾਂ ਦੇ ਜੋ ਹੈ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੇ ਅਤੇ ਉਹਨਾਂ ਨੂੰ ਹਿੰਮਤ ਦੇਵੇ ਇਸ ਦੁੱਖ ਨੂੰ ਝੱਲਣ ਦੀ। ਤਾਂ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਂਦੀ ਹੈ। ਇੱਕ ਵਾਰ ਦੁਬਾਰਾ ਤਸਵੀਰਾਂ ਦਾ ਰੁਖ ਕਰ ਲੈਂਦੇ ਹਾਂ ਕਿ ਜਿੱਥੇ ਇਹ ਭਾਣਾ ਵਾਪਰਿਆ। ਅੱਗੇ ਖਬਰ ਹੁਣੇ ਹੁਣੇ ਸਾਹਮਣੇ ਆਈ ਹੈ ਕਿ ਸ਼ੰਭੂ ਜਾਂਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸ਼ੰਭੂ ਵੱਲ ਨੂੰ ਜਾ ਰਿਹਾ ਸੀਗਾ ਟਰੈਕਟਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਟਰੈਕਟਰ ਦੇ ਉੱਪਰ ਸ਼ੰਭੂ ਵੱਲ ਨੂੰ ਜਾਂਦੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਰੱਬ ਨੂੰ ਪਿਆਰਾ ਹੋ ਗਿਆ। ਕਈ ਲੋਕ ਫੱਟੜ ਵੀ ਦੱਸੇ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਵੱਡਾ ਭਾਣਾ ਵਾਪਰਿਆ ਹੈ। ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਜਿਸਦੇ ਵਿਚਾਲੇ ਇੱਕ ਹੋਰ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਹੋਰ ਕਿਸਾਨ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਮਨਸੂਰ ਦੇਵਾਂ ਜ਼ੀਰਾ ਜੋ ਹੈ ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਦੇ ਲਈ ਕਿਸਾਨਾਂ ਦਾ ਜੋ ਹੈ ਇਹ ਟਰੈਕਟਰ ਟਰਾਲੀ ਉੱਧਰ ਨੂੰ ਜਾ ਰਿਹਾ ਸੀਗਾ, ਟਰੱਕ ਦੇ ਨਾਲ ਟੱਕਰ ਹੋਣ ਕਰਕੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਕਈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਪਿੰਡ ਬਸੰਤਪੁਰਾ ਸਰਹਿੰਦ ਤੋਂ ਰਾਜਪੁਰਾ ਰੋਡ ਵੱਲ ਦੀ ਇਹ ਖਬਰ ਹੈ। ਚੰਦੂ ਮਾਜਰੇ ਦੇ ਕੋਲ ਇਹ ਭਾਣਾ ਵਾਪਰਿਆ, ਜਿੱਥੇ ਕਿ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਂਦੀ ਹੈ। ਸ਼ੰਭੂ ਜਾਂਦੇ ਹੋਏ MSP ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਬਿਲਕੁਲ ਜਾਰੀ ਹੈ, ਜਿਸਦੇ ਵਿਚਾਲੇ ਕਿਸਾਨਾਂ ਦੇ ਵੱਲੋਂ ਇਹ ਸੰਘਰਸ਼ ਜਾਰੀ ਹੈ ਅਤੇ ਇਸੇ ਵਿਚਾਲੇ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਂਦੀ ਹੈ। ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ, ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਰਿਹਾ ਤਾਂ ਸੰਯੁਕਤ ਕਿਸਾਨ ਮੋਰਚਾ ਜੋ ਹੈ ਦਿੱਲੀ ਕੂਚ ਦਾ ਫੈਸਲਾ ਕੀਤਾ ਗਿਆ ਕਿ 29 ਫਰਵਰੀ ਤੱਕ ਇਸ ਨੂੰ ਟਾਲ ਦਿੱਤਾ ਗਿਆ। ਕਿਸਾਨ ਮਜ਼ਦੂਰ ਮੋਰਚਾ ਦੇ ਜੋ ਹੈ ਕੋਆਰਡੀਨੇਟਰ ਨੇ ਵੀ ਸ਼ਾਮ ਨੂੰ ਕਨੌਰੀ ਬਾਰਡਰ ਦੇ ਉੱਤੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਅਤੇ ਇਸੇ ਵਿਚਾਲੇ ਬੇਹੱਦ ਮੰਦਭਾਗੀ ਖਬਰ। ਵਾਹਿਗੁਰੂ ਉਹਨਾਂ ਦੇ ਜੋ ਹੈ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੇ ਅਤੇ ਉਹਨਾਂ ਨੂੰ ਹਿੰਮਤ ਦੇਵੇ ਇਸ ਦੁੱਖ ਨੂੰ ਝੱਲਣ ਦੀ। ਤਾਂ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਂਦੀ ਹੈ। ਇੱਕ ਵਾਰ ਦੁਬਾਰਾ ਤਸਵੀਰਾਂ ਦਾ ਰੁਖ ਕਰ ਲੈਂਦੇ ਹਾਂ ਕਿ ਜਿੱਥੇ ਇਹ ਭਾਣਾ ਵਾਪਰਿਆ।